ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਤੁਹਾਨੂੰ ਦਿਖਾਉਣੇ ਆ 4 ਰੋਅ ਵਾਲਾ ਹਾਰਵੈਸਟਰ, 4 ਸਿਆੜਾਂ ਵਾਲਾ, ਮੱਕੀ ਵੱਢਣ ਵਾਲਾ ਟੋਕਾ, ਅਤੇ ਬੜਾ ਵਾਜਬ ਜਿਹਾ ਬਾਈ ਦਾ ਰੇਟ ਹੈ, ਅਤੇ ਮਟੀਰੀਅਲ ਬਹੁਤ ਵਧੀਆ ਵਰਤੀ ਜਾਂਦਾ। ਮੈਂ ਚੈੱਕ ਵੀ ਕਰਕੇ ਆਇਆ ਅਤੇ ਮੈਨੂੰ ਲੱਗਿਆ ਟੋਕਾ ਪਸੰਦ, ਅਤੇ ਸੋ ਆਪਾਂ ਆਖਿਆ ਚਲੋ ਆਪਣੇ ਵੀਰਾਂ ਨੂੰ ਵੀ ਚੈਨਲ ਵਾਲਿਆਂ ਨੂੰ ਦਿਖਾ ਦਈਏ ਵੀਡੀਓ। ਅਤੇ ਬਹੁਤ ਵਧੀਆ ਮਟੀਰੀਅਲ ਵਰਤਿਆ ਅਤੇ ਬਹੁਤ ਵਧੀਆ ਟੋਕਾ ਬਣਾਇਆ, ਅਤੇ ਪਹਿਲੀ ਵਾਰ ਜਿਹੜਾ ਇੰਡੀਆ ਦੇ ਵਿੱਚ ਆਪਣੇ ਟੋਕਾ ਬਣਿਆ ਜਿਹਦੇ ਵਿੱਚ ਟੋਕੇ ਦੇ ਉੱਪਰ ਗੇਅਰ ਹੈ ਵੀ ਜਿਹਦੇ ਨਾਲ ਰਿਵਰਸ ਘੁਮਾਇਆ ਜਾ ਸਕਦਾ। ਅਤੇ ਇੱਥੇ ਇਹਨਾਂ ਦੀ ਬਲੇਡਾਂ ਵਗੈਰਾ ਦੀ ਮੈਨੂਫੈਕਚਰਿੰਗ ਵੀ ਆਪਦੀ ਹੁੰਦੀ ਆ ਸਾਰੀ, ਅਤੇ ਟੋਕੇ ਦੀ ਵੀ ਬਣਾਉਣ ਦੀ ਬਹੁਤ ਸਫਾਈ ਹੈ, ਅਤੇ ਚੱਲਦੇ ਦੀ ਵੀ ਤੁਹਾਨੂੰ ਆਪਾਂ ਵੀਡੀਓ ਵਿੱਚ ਨਾਲ ਲਾ ਦੇਵਾਂਗੇ। ਅਤੇ ਵੇਖਣ ਵਿੱਚ ਵੀ ਮਸ਼ੀਨ ਪੂਰੀ ਸੋਹਣੀ ਅਤੇ ਹੈਵੀ ਬਣਾਈ ਗਈ ਹੈ ਜੀ, ਕਿਤੇ ਮਟੀਰੀਅਲ ਹਲਕਾ ਨਹੀਂ ਵਰਤਿਆ। ਅਤੇ ਬਾਕੀ ਜਿਹੜੇ ਆਪਣੇ ਚੈਨਲ 'ਤੇ ਵੀਰ ਜੀ ਨਵੇਂ ਆਏ ਹੋ ਉਹ ਸਬਸਕ੍ਰਾਈਬ ਕਰ ਲਿਓ, ਅਤੇ ਜਿਹੜੇ ਮੇਰੇ ਵੀਰ ਪੁਰਾਣੇ ਜੁੜੇ ਹੋਏ ਆ ਜੀ ਉਹ ਲਾਈਕ ਅਤੇ ਸ਼ੇਅਰ ਕਰ ਦਿਆ ਕਰੋ। ਅਤੇ ਇਹਨਾਂ ਦੀ ਫਰਮ ਹੈ ਜੀ ਗੁਰੂ ਨਾਨਕ ਐਗਰੀ ਵਰਕਸ, ਪਿੰਡ ਨੱਤ, ਅਤੇ ਜ਼ਿਲ੍ਹਾ ਸੰਗਰੂਰ ਹੈ ਜੀ। ਅਤੇ ਜਿਹੜੇ ਮੇਰੇ ਵੀਰ ਆਪਣੇ ਰੈਫਰੈਂਸ ਦੇ ਨਾਲ ਇਹਨਾਂ ਕੋਲ ਜਾਣਗੇ ਤਾਂ ਆਪਾਂ ਇਹਨਾਂ ਨੂੰ ਸਪੈਸ਼ਲ ਛੋੜ ਵੀ ਕਰਾ ਦੇਵਾਂਗੇ, ਆਪਣੇ ਨਾਲ ਕੰਟੈਕਟ ਕਰ ਲਿਓ। ਸਤਿ ਸ਼੍ਰੀ ਅਕਾਲ ਬਾਈ ਜੀ। ਬਾਈ ਜੀ ਇਹਨਾਂ ਨੇ ਬਣਾਇਆ ਬਹੁਤ ਜ਼ਿਆਦਾ, ਇਹਦੇ ਵਿੱਚ ਸੋਧ ਕਰੀ ਹੈ ਟੋਕੇ ਦੇ ਵਿੱਚ, ਅੱਜ ਮੈਂ ਸਪੈਸ਼ਲ ਦੇਖਣਾ ਹੈ ਇਸੇ ਕਰਕੇ ਵੀ ਇਹ ਟੋਕਾ ਆਪਣਾ ਕਿੰਨਾ ਕੁ ਮੰਨ ਲਓ ਵੀ ਸੋਧ ਕਰੀ ਹੈ ਟੋਕੇ ਦੇ ਵਿੱਚ। ਅਤੇ ਸੋ ਮੇਰੇ ਵੀ ਦਿਲ ਨੂੰ ਚੰਗੀ ਲੱਗੀ ਚੀਜ਼, ਅਤੇ ਮੈਂ ਕਿਹਾ ਚੱਲ ਆਪਾਂ ਵੀ ਇਹ ਦਿਖਾਉਣੀ ਅੱਗੇ ਵੀ ਹੋਰ ਵੀ ਕਿਸੇ ਵੀਰ ਦਾ ਇਹਨਾਂ ਮੰਨ ਲਓ ਫਾਇਦਾ ਹੁੰਦਾ। ਅਤੇ ਤੁਹਾਨੂੰ ਪਤਾ ਹੀ ਆਪਾਂ 2-3 ਸਾਲਾਂ ਤੋਂ ਮੰਨ ਲਓ 4 ਰੋਅ ਵਾਲਾ ਚਲਾ ਹੀ ਰਹੇ ਹਾਂ ਮੱਕੀ ਵਾਲਾ ਟੋਕਾ, ਅਤੇ ਮੱਕੀ ਦਾ ਆਪਣਾ ਐਕਸਪੀਰੀਅੰਸ ਕੋਈ 15 ਸਾਲਾਂ ਦਾ ਹੀ ਆਰਾਮ ਨਾਲ। ਅਤੇ ਇਸ ਕਰਕੇ ਆਪਾਂ ਆਖਿਆ ਵੀ ਚਲੋ ਬਾਈ ਜੀ ਹਰਦੀਪ ਨਾਲ ਮਿਲਾਉਂਦੇ ਹਾਂ ਤੁਹਾਨੂੰ, ਇਹ ਪਿੰਡ ਨੱਤਾਂ ਅਤੇ ਜ਼ਿਲ੍ਹਾ ਸੰਗਰੂਰ ਹੈ ਜੀ। ਹੋਰ ਬਾਈ ਜੀ ਕੀ ਹਾਲ ਚਾਲ ਹੈ ਜੀ? ਠੀਕ ਹੈ ਜੀ, ਵਧੀਆ ਜੀ। ਅਤੇ ਇੱਕ ਆਪਣੇ ਟੋਕੇ ਦੇ ਬਾਰੇ ਸਮਝਾਓ ਜੀ ਮਾੜਾ ਜਿਹਾ, ਕਿ ਬਹੁਤ ਮੰਨ ਲਓ ਨਵੀਆਂ ਚੀਜ਼ਾਂ ਕਰੀਆਂ ਬਾਈ ਨੇ ਟੋਕੇ ਦੇ ਵਿੱਚ। ਹਾਂਜੀ ਹਾਂਜੀ, ਇਹ ਆਪਣਾ 2024 ਮਾਡਲ ਹੈ ਜੀ ਆਪਣੀ ਮਸ਼ੀਨ, ਇਹ ਪਿਛਲੇ ਸਾਲ ਦੀ ਬਣਾਈ ਹੋਈ। ਅੱਛਾ, ਇਹ ਨਵੇਂ ਵਾਲੀ ਹੈ ਕਿ ਪਿਛਲੇ ਵਾਲੀ ਹੈ ਜੀ? 2024 ਦੇ ਵਿੱਚ ਤਿਆਰ ਕਰੀ ਸੀ, ਮੰਨ ਲਓ ਪਿਛਲੇ ਸੀਜ਼ਨ ਆਪਾਂ ਟ੍ਰਾਇਲ ਲਿੱਤਾ ਸੀ। ਠੀਕ ਹੈ ਜੀ, ਠੀਕ ਹੈ। ਇੱਕ ਤਾਂ ਬਾਈ ਜੀ ਨੇ ਮੰਨ ਲਓ ਆਹ ਪਲੱਸ ਪੁਆਇੰਟ ਕਰਤਾ ਵੀ ਟਰੈਕਟਰ ਦੇ ਡਿਸਟ੍ਰੀਬਿਊਟਰ ਚਾਹੇ ਹੈਗੇ ਆ ਚਾਹੇ ਹੈ ਨਹੀਂ ਗੇ, ਅਤੇ ਸਪੈਸ਼ਲ ਪੰਪ ਅਤੇ ਟੈਂਕੀ ਮੰਨ ਲਓ ਇਹਦੇ ਨਾਲ ਹੀ ਦਿੱਤੀ ਵੀ ਆ, ਇਕੱਲੇ ਡਿਸਟ੍ਰੀਬਿਊਟਰ ਹੀ ਆਪਦੇ ਟਰੈਕਟਰ ਦੇ ਮਗਰਾਟ 'ਤੇ ਫਿੱਟ ਕਰਨੇ ਆ, ਅਤੇ ਕੋਈ ਐਕਸਟਰਾ ਚੀਜ਼ ਨਹੀਂ ਲੱਗਣੀ। ਦੂਜੀ ਚੀਜ਼ ਆ PTO ਦਾ ਕ੍ਰੋਸ ਲੱਗਣਾ, ਅਤੇ ਇਹਦੇ ਵਿੱਚ ਸਪੈਸ਼ਲ ਜਿਹੀਆਂ ਚੀਜ਼ਾਂ ਤੁਹਾਨੂੰ ਮੈਂ ਅੱਗੇ ਵੀਡੀਓ ਦੇ ਵਿੱਚ ਦਿਖਾਊਂਗਾ। ਹੋਰ ਵੀ ਜੇ ਮੰਨ ਲਓ ਟੋਕਾ ਚੋਕ ਵੀ ਹੁੰਦਾ ਤਾਂ ਉਹਦੇ ਵਾਸਤੇ ਵੀ ਇਹਨਾਂ ਨੇ ਇੱਕ ਪਲੱਸ ਪੁਆਇੰਟ ਦਿੱਤਾ ਵੀ ਗੇਅਰ ਦੇ ਵਿੱਚ ਬੈਕ ਅਤੇ ਰਿਵਰਸ ਦਾ ਦਿੱਤਾ ਵੀ ਜੇ ਕੋਈ ਅਰਥ ਕੋਈ ਤਾਰ ਬਲੀ ਜਾਵੇ ਜਾਂ ਮੰਨ ਲਓ ਕੋਈ ਟਾਂਡੇ ਬਲੇ ਜਾਣ, ਚੋਕ ਹੁੰਦਾ ਟੋਕਾ, ਤਾਂ ਤੁਸੀਂ ਸਿਰਫ ਇੱਕ ਟਾਪਾ ਚੱਕ ਕੇ ਆਹ ਵਾਲੇ ਗੇਅਰ ਦਾ ਸਿਰਫ ਇੱਕ ਗੇਅਰ ਚੇਂਜ ਕਰਨਾ, ਅਤੇ ਅੱਗੇ ਵਾਲਾ ਸਿਰ ਅੱਧਾ ਟੋਕਾ ਪੁੱਠਾ ਘੁੰਮਣਾ ਸ਼ੁਰੂ ਕਰ ਦਊਗਾ। ਅਤੇ ਇਹ ਚੀਜ਼ ਪੰਜਾਬ ਦੇ ਵਿੱਚ ਪਹਿਲੀ ਵਾਰ ਹੋਈ ਹੈ, ਅਤੇ ਵਧੀਆ ਵੀ ਲੱਗੀ ਬਾਈ ਜੀ, ਮੈਨੂੰ ਵੀ ਦੇਖਣ 'ਚ ਬੜੀ ਵਧੀਆ ਲੱਗੀ ਹੈ। ਅਤੇ ਸੋ ਇਸੇ ਕਰਕੇ ਆਪਾਂ ਤੁਹਾਨੂੰ ਇਹ ਦਿਖਾਉਣ ਇੱਥੇ ਲੈ ਕੇ ਆਏ ਹਾਂ। ਅਤੇ ਟੋਕੇ ਦੀ ਮਜ਼ਬੂਤੀ ਵੀ ਬਹੁਤ ਹੈ, ਬਹੁਤ ਕੰਪੈਕਟ ਦੇ ਵਿੱਚ ਬਣਿਆ ਹੋਇਆ ਟੋਕਾ ਹੈ, ਕੋਈ ਬਾਹਲਾ ਲੰਬਾਈ ਦੇ ਵਿੱਚ ਨਹੀਂ ਬਣਿਆ ਟੋਕਾ, ਅਤੇ ਬਹੁਤ ਕੰਪੈਕਟ ਬਣਿਆ ਟੋਕਾ ਜਿਹਦੇ ਦੇ ਨਾਲ ਟਰੈਕਟਰ ਅੱਗੋਂ ਨਹੀਂ ਲਿਫਟ ਕਰਦਾ ਚੱਲਦੇ ਦੇ ਵਿੱਚ ਜਾਂ ਰੋਡ 'ਤੇ ਚਲਾਉਣ ਦੇ ਵਿੱਚ, ਕੋਈ ਬਾਹਲਾ ਅੱਗੇ ਵੇਟ ਟੰਗਣ ਦੀ ਲੋੜ ਨਹੀਂ ਜਾਂ ਟਾਇਰਾਂ 'ਚ ਪਾਣੀ ਭਰਨ ਦੀ ਲੋੜ ਨਹੀਂ ਹੈਗੀ। ਅਤੇ ਬਾਕੀ ਤੁਹਾਨੂੰ ਚੀਜ਼ਾਂ ਅੱਗੇ ਦੀ ਅੱਗੇ ਦਿਖਾਉਣੇ ਆ। ਇਹਦੇ ਵਿੱਚ ਇਹਨਾਂ ਨੇ ਕਾਫੀ ਦੂਜੇ ਟੋਕਿਆਂ ਦੇ ਨਾਲੋਂ ਸੋਧ ਕਰੀ ਹੈ। ਆ ਬਾਈ ਜੀ ਚੱਕਿਓ ਇੱਕ ਆਪਣਾ ਬੋਕਸਲ, ਆ ਦੇਖੋ ਇਹਦੇ ਵਿੱਚ ਕੋਈ ਐਕਸਟਰਾ ਗੇਅਰ ਨਹੀਂ ਇਹਨਾਂ ਨੇ ਯੂਜ਼ ਕਰਿਆ ਪਿਆ, ਇੱਕ ਗੇਅਰ ਤਾਂ ਇਹ ਹੈ ਜੀ ਜਿਹੜਾ ਮੇਨ ਚੱਲਦਾ, ਅਤੇ ਦੂਜੀ ਚੀਜ਼ ਆ ਮੰਨ ਲਓ ਵੀ ਇਹ ਸਾਰਾ ਸਿਸਟਮ ਇਹਨਾਂ ਨੇ ਬੈਲਟ ਡਰਾਈਵ ਰੱਖਿਆ ਇਹਦੇ ਵਿੱਚ, ਅਤੇ ਬੈਲਟਾਂ ਸਾਰੀਆਂ ਕੋਈ 500 ਚੱਕਰਾਂ ਤੋਂ ਨੀਚੇ ਹੀ ਚੱਲਦੀਆਂ, ਕੋਈ ਹਾਈ ਫਾਈ ਰੇਂਜ 'ਚ ਨਹੀਂ ਚੱਲਦੀਆਂ ਜਿਹਨਾਂ ਬੈਲਟਾਂ ਕੱਟਣ ਦਾ ਕੋਈ ਡਰ ਹੋਵੇ। ਅਤੇ ਹੋਰ ਵੀ ਇਹਨਾਂ ਨੇ ਗਰੀਸ ਵਾਲੇ ਵੀ ਪੁਆਇੰਟ ਬੜੇ ਵਧੀਆ ਦਿੱਤੇ ਆ, ਕੋਈ ਲੱਭ ਲੱਭ ਕੇ ਗਰੀਸ ਕਰਨ ਦੀ ਲੋੜ ਨਹੀਂ ਹੈਗੀ ਮਸ਼ੀਨ ਦੇ ਵਿੱਚ, ਜਿੰਨੇ ਵੀ ਗਰੀਸ ਪੁਆਇੰਟ ਆ ਮਸ਼ੀਨ ਦੇ ਸਾਰੇ ਇੱਥੇ ਲਿਆ ਕੇ ਦਿੱਤੇ ਆ ਵੀ ਢੱਕਣ ਚੱਕੋ ਅਤੇ ਸਾਰੇ ਗਰੀਸ ਮੰਨ ਲਓ ਪੁਆਇੰਟ ਇੱਥੇ ਹੀ ਕਰ ਸਕਦੇ ਆ।
ਤੇ ਹੋਰ ਬਾਈ ਜੀ ਤੁਸੀਂ ਕੁਝ ਦੱਸੋਗੇ ਇਹਦੇ ਬਾਰੇ? ਹਾਂਜੀ ਹਾਂਜੀ ਜੀ, ਜਿਹੜੀਆਂ ਹੁਣ ਆਪਾਂ ਨੇ ਮਤਲਬ 2024 ਦੇ ਵਿੱਚ ਹੁਣ ਤਿਆਰ ਕਰੀਆਂ ਮਸ਼ੀਨਾਂ ਆਪਣੀਆਂ, ਹਾਂਜੀ, ਵਿੱਚ ਆਪਾਂ ਹੋਰ ਸੁਧ ਕਰਤੀ। ਜਿਵੇਂ ਮੰਨ ਲਓ ਆਪਾਂ ਟੋਕਰੀ ਲਵਾਉਣੀ ਹੈ ਨਾ ਕਿਸੇ ਵੀ ਫਾਰਮਰ ਨੇ, ਹਾਂਜੀ, ਚਾਰ ਵਾਸਤੇ ਟਰੈਕਟਰ ਦੇ ਉੱਪਰ ਟੋਕਰੀ ਫਿੱਟ ਹੁੰਦੀ ਹੈ ਨਾ ਜੀ, ਵੀ ਉਹਦੇ ਵਾਸਤੇ ਆਪਾਂ ਜਿਹੜਾ ਮਤਲਬ ਹਾਈਡ੍ਰੋਲਿਕ ਸਿਸਟਮ ਹੈ ਉਹ ਟਰੈਕਟਰ ਤੋਂ ਨਹੀਂ ਕੋਈ ਵੀ ਪੈਪ ਲੈਂਦੇ ਆਪਾਂ। ਅੱਛਾ, ਸੈਪਰੇਟ ਹੀ ਲਾਤਾ ਸਾਰਾ? ਹਾਂਜੀ ਹਾਂਜੀ, ਉਹ ਸੈਪਰੇਟ ਹੀ ਲਾਤਾ। ਤੇਲ ਵੀ ਅੱਛਾ ਵੀ ਅਲੱਗ ਹੀ ਲਊਗੀ ਆਪਦਾ? ਹਾਂਜੀ, ਉਹ ਹੁਣ ਵਾਲੀ ਮਸ਼ੀਨ ਦੇ ਵਿੱਚ ਆਪਾਂ ਨੇ ਜਿਹੜਾ ਇਹ ਹਾਈਡ੍ਰੋਲਿਕ ਟੈਂਕ ਜਿਵੇਂ ਜੀ ਇਹ ਵੱਡਾ ਕਰਤਾ ਜੀ। ਠੀਕ ਹੈ ਜੀ। ਇਸੇ ਪੰਪ ਤੋਂ ਹੀ ਮਤਲਬ ਆਪਾਂ ਨੇ ਉਹਨੂੰ ਵਰਕ ਕਰਨਾ ਕਰਤਾ। ਠੀਕ ਹੈ ਜੀ। ਤੇ ਇਹਦੇ ਤੋਂ ਹੀ ਪੈਪ ਜਾਂਦੀ ਹੈ, ਡਿਸਟ੍ਰੀਬਿਊਟਰ ਇੱਕ ਅਲੱਗ ਦੇ ਤਾ ਜੀ, ਉਹਦੇ ਉੱਤੋਂ ਆਪਾਂ ਟੋਕਰੀ ਮਤਲਬ ਤਾਹਾਂ ਚੱਕ ਸਕਦੇ ਹਾਂ ਚਾਰ ਪਾਉਣ ਵਾਸਤੇ। ਤੇ ਇਹ ਜਿਹੜਾ ਡਿਸਟ੍ਰੀਬਿਊਟਰ ਹੈ ਜੀ ਇਹਦੇ ਨਾਲ ਮਤਲਬ ਮਸ਼ੀਨ ਵਰਕ ਕਰਦੀ ਹੈ। ਜਿਹੜੇ ਮੰਨ ਲਓ ਇੱਕ ਆਹ ਵਾਲਾ ਘੁੰਮਦਾ ਹੈਗਾ ਚੱਕਦਾ ਹੈਗਾ ਤੇ ਤੀਜਾ ਉਹ ਆਪਣਾ ਫਲੋ ਉੱਪਰ ਨੀਚੇ ਕਰਦਾ ਹੈਗਾ। ਤੇ ਬਾਕੀ ਉਹ ਤੁਸੀਂ ਨੇ ਦੱਸ ਹੀ ਦਿੱਤਾ ਨਾ। ਹਾਂਜੀ, ਗੇਅਰ ਵਾਲਾ ਹੋਵੇ ਨਾ ਹੋਵੇ ਟੋਕੇ ਦੇ ਦਿੱਤਾ ਇਸ ਕਰਕੇ ਜੀ ਵੀ ਕਈ ਵਾਰੀ ਆਪਣੇ ਮੱਕੀ ਦੇ ਆਲੇ ਦੁਆਲੇ ਤਾਰ ਫੇਰੀ ਹੁੰਦੀ ਆ, ਉਹ ਕਈ ਵਾਰੀ ਮਤਲਬ ਕੀ ਹੁੰਦਾ ਤਾਰ ਟੁੱਟ ਕੇ ਮਤਲਬ ਵਿੱਚ ਚੜ ਜਾਵੇ ਤਾਂ ਫਿਰ ਮਤਲਬ ਇਹਨੂੰ ਰਿਵਰਸ ਕਰੋ। ਟਰੈਕਟਰ ਦਾ ਪੀਟੀਓ ਗੇਅਰ ਤਾਂ ਮਤਲਬ ਬਦਲਣ ਦੀ ਲੋੜ ਨਹੀਂ ਆਪਾਂ ਨੂੰ ਰਿਵਰਸ ਕਰਨ ਦੀ। ਠੀਕ ਹੈ ਜੀ। ਬਸ ਇਹ ਮਸ਼ੀਨ ਦਾ ਪੀਟੀਓ ਗੇਅਰ ਕੱਢ ਕੇ ਟਰੈਕਟਰ ਦਾ ਜੀ ਇਹਨੂੰ ਮਤਲਬ ਗੇਅਰ ਤੋਂ ਆਪਾਂ ਪੁੱਠੇ ਚੱਕਰ ਕਰ ਸਕਦੇ। ਇੱਕ ਇਹਦੇ 'ਚ ਪਲੱਸ ਪੁਆਇੰਟ ਹੋਰ ਹੈ ਜੀ, ਜਿਵੇਂ ਆਹ ਮਸ਼ੀਨ ਖੜ੍ਹੀ ਹੈ ਚਾਹੇ ਬਾਹਰ ਵੀ ਖੜ੍ਹੀ ਹੈ ਰੇਨੀ ਸੀਜ਼ਨ ਦੇ ਵਿੱਚ ਮੀਂਹ ਦੇ ਵਿੱਚ ਤਾਂ ਇਹਦੇ ਟੋਕੇ ਦੇ ਬੈਰਿੰਗਾਂ ਦੇ ਵਿੱਚ ਪਾਣੀ ਨਹੀਂ ਪੈਂਦਾ ਹੈਗਾ। ਇਹ ਸਾਰੀ ਦੀ ਸਾਰੀ ਮਸ਼ੀਨ ਮੰਨ ਲਓ ਉੱਪਰੋਂ ਬੰਦ ਹੈ, ਵੀ ਮੰਨ ਲਓ ਕੋਈ ਇਹ 'ਚ ਪਾਣੀ ਪੈਣ ਵਾਲੇ ਦਿੱਕਤ ਹੈ ਨਹੀਂ ਕਿ ਬਾਹਰ ਖੜ੍ਹੀ ਮਸ਼ੀਨ ਦੇ ਵਿੱਚ। ਜੇ ਮੰਨ ਲਓ ਆਹ ਚੱਕਦੇ ਹਾਂ ਤਾਂ ਇਹਦਾ ਮੰਨ ਲਓ ਸਾਰਾ ਸਿਸਟਮ ਬਾਹਰ ਆਉਂਦਾ। ਅਤੇ ਬਾਕੀ ਇਹਨਾਂ ਨੇ ਬੜਾ ਵਧੀਆ ਕੰਮ ਕੀਤਾ, ਮੈਂ ਤੁਹਾਨੂੰ ਉੱਧਰ ਦਿਖਾਉਣਾ, ਇਹਨਾਂ ਨੇ ਆਈਡਲਾਂ ਦੇ ਉੱਪਰ ਵੀ ਸੀਲਾਂ ਲਾਤੀਆਂ ਵੀ ਜਿਹੜੀਆਂ ਆਪਣੇ ਆਮ ਆਈਡਲਾਂ ਹੁੰਦੀਆਂ ਇਹਦੇ ਵਿੱਚ ਘੁੰਮਣ ਵਾਲੀਆਂ ਫਰੀ ਆਈਡਲਾਂ, ਜ਼ਿਆਦਾਤਰ ਉਹੀ ਜਾਮ ਹੁੰਦੀਆਂ ਨਾ ਟੋਕਿਆਂ ਦੀਆਂ, ਜਿਵੇਂ ਤਰ ਆਹ ਆਈਡਲਾਂ ਨੇ ਆਹ ਆਈਡਲਾਂ ਨੇ ਇਹਨਾਂ ਦੇ ਬੈਰਿੰਗਾਂ ਦੇ ਵਿੱਚ ਪਾਣੀ ਪੈ ਜਾਂਦਾ, ਜਿਵੇਂ ਉਹ ਵਾਲੀ ਆਈਡਲ ਹੈ ਇਹਨਾਂ ਦੇ ਵਿੱਚ ਪਾਣੀ ਪੈ। ਇੱਕ ਚੀਜ਼ ਹੋਰ ਨਵੀਂ ਜੀ ਦੇਖੀ ਹੈ ਬਾਈ ਜੀ, ਇਹਦੇ ਮੰਨ ਲਓ ਜੈਕ ਦੇ ਵਿੱਚ ਰੈਗੂਲੇਟਰ ਲੱਗਿਆ ਹੋਇਆ ਜਿਹੜਾ ਤੇਲ ਦੀ ਸਪਲਾਈ ਨੂੰ ਹੌਲੀ ਤੇਜ਼ ਕਰ ਦਿੰਦਾ। ਕੀ ਹੁੰਦਾ ਕਿ ਜਦੋਂ ਆਪਾਂ ਮੰਨ ਲਓ ਇਹਦਾ ਛੂਟ ਆ ਜਿਹੜਾ ਜਦੋਂ ਆਪਾਂ ਚੱਕ ਕੇ ਫਿੱਟ ਕਰਦੇ ਹਾਂ ਅਤੇ ਕਾਹਲੀ ਨਾਲ ਕਈ ਵਾਰ ਡਿਸਟ੍ਰੀਬਿਊਟਰ ਦਾ ਲੀਵਰ ਜ਼ਿਆਦਾ ਖਿੱਚਿਆ ਜਾਂਦਾ ਆਪਣੇ ਤੋਂ, ਅਤੇ ਇਹਦੇ ਨਾਲ ਕੀ ਹੁੰਦਾ ਜੈਕ ਦੀ ਪਾਵਰ ਦੇ ਨਾਲ ਤੋਬਰਾ ਇੱਥੋਂ ਫਟ ਜਾਂਦਾ ਇਸ ਜਗ੍ਹਾ ਤੋਂ, ਅਤੇ ਉਹਦੇ ਕਰਕੇ ਇਹਨਾਂ ਨੇ ਵੀਰਾਂ ਨੇ ਇੱਥੇ ਰੈਗੂਲੇਟਰ ਲਾਇਆ ਹੈਗਾ, ਅਤੇ ਜਿਹਦੇ ਨਾਲ ਮੈਨੂੰ ਵੀ ਚੀਜ਼ ਵਧੀਆ ਲੱਗੀ ਹੈ। ਅਤੇ ਇਹਦੀ ਕੀਮਤ ਵੀ ਵੈਸੇ ਮੈਂ ਤਾਂ ਪੁੱਛੀ ਆਪਣੇ ਲਾਉਣ ਵਾਸਤੇ 1800 ਰੁਪਏ ਦਾ ਦੱਸਿਆ ਵੀ ਇਹ ਰੈਗੂਲੇਟਰ ਇਹਦੇ ਨਾਲ ਕੀ ਹੁੰਦਾ ਵੀ ਜੈਕ ਬੜੇ ਆਰਾਮ ਨਾਲ ਉੱਠਦਾ ਅਤੇ ਤੋਬਰਾ ਜਿਹੜਾ ਮੰਨ ਲਓ ਛੂਟ ਹੈ ਇਹ ਆਰਾਮ ਨਾਲ ਉੱਪਰ ਜਾਂਦਾ ਅਤੇ ਆਰਾਮ ਨਾਲ ਹੀ ਉੱਤਰਦਾ ਹੈਗਾ। ਅਤੇ ਟਰੈਕਟਰ ਦੇ ਮੰਨ ਲਓ ਡਿਸਟ੍ਰੀਬਿਊਟਰ ਦੇ ਉੱਪਰੋਂ ਕਿੰਨਾ ਮਰਜ਼ੀ ਆਪਾਂ ਤੇਜ਼ ਹੌਲੀ ਕਰੀ ਜਾ ਕਿ ਉਹਨਾਂ ਕੋਈ ਦਿੱਕਤ ਨਹੀਂ ਇਹਨੂੰ ਪੈਂਦੀ ਗੀ। ਬਾਕੀ ਟੋਕਾ ਜੀ ਜਿਹੜਾ ਪੂਰਾ ਹੈਵੀ ਬਣਾਇਆ ਹੋਇਆ ਇਹਨਾਂ ਨੇ, ਅਤੇ ਇਹਦੇ ਮੰਨ ਲਓ ਜਿਵੇਂ ਆ ਰੂਲੇ ਵਗੈਰਾ ਜਾਂ ਅੱਗੇ ਡਰਾਮਾ ਪੂਰੇ ਹੈਵੀ ਬਣਾਏ ਆ, ਕੋਈ ਹਲਕਾ ਮਟੀਰੀਅਲ ਨਹੀਂ ਹੈਗਾ। ਅਤੇ ਜਿਹੜਾ ਤੋਬਰੇ ਵਾਲਾ ਮੋੜ ਆ ਇਹ ਡਬਲ ਮੋੜ ਦੇ ਵਿੱਚ ਬਣਾਇਆ ਜਿਹੜਾ ਚੋਕ ਨਾ ਹੋਵੇ, ਕਿਉਂਕਿ ਜਿਹੜਾ ਸਿੰਗਲ ਮੋੜ ਵਾਲਾ ਹੁੰਦਾ ਉਹ ਜ਼ਿਆਦਾ ਮੂੰਹ ਨੀਚੇ ਆ ਜਾਏ ਤਾਂ ਤੋ ਮੰਨ ਲਓ ਜਿਹੜਾ ਛੂਟ ਆ ਵਿੱਚੋਂ ਭਰ ਜਾਂਦਾ ਪੱਠਿਆਂ ਦੇ ਨਾਲ, ਸੋ ਇਸੇ ਕਰਕੇ ਇਹਨਾਂ ਨੇ ਇਹ ਡਬਲ ਦੇ ਵਿੱਚ ਬਣਾਇਆ ਹੋਇਆ। ਅਤੇ ਕਲਰ ਕੁਲਰ ਵੀ ਪੂਰਾ ਸੋਹਣਾ ਕੀਤਾ ਹੋਇਆ, ਅਤੇ ਇਹਦਾ ਇੱਧਰ ਇਹਨਾਂ ਦਾ ਲੋਗੋ ਲੱਗਿਆ ਹੋਇਆ ਮੰਨ ਲਓ ਟੋਕੇ ਦੇ ਉੱਪਰ। ਬਾਕੀ ਇੱਥੇ ਇਹਨਾਂ ਨੇ ਆਪਣਾ ਸੇਫਟੀ ਵਾਲਾ ਲਗਾਇਆ ਹੋਇਆ ਜਿਹਦੇ 'ਤੇ ਲਿਖਿਆ ਵੀ ਮਸ਼ੀਨ ਦਾ ਮੰਨ ਲਓ ਕਵਰ ਆ ਜਿਹੜਾ ਚੱਲਦੀ ਦੇ ਵਿੱਚ ਨਾ ਖੋਲ੍ਹੋ, ਅਤੇ ਬਲੇਡ ਲਾਉਣ ਦੇ ਢੰਗ ਹੈ ਆਹ ਵਾਲਾ ਬਲੇਡ ਹੈ ਜੀ ਇਹਦਾ, ਅਤੇ ਇੱਥੇ ਵਾਲਾ
ਇਹਦੇ ਵਿੱਚ ਇਹਨਾਂ ਨੇ ਕੈਪਸੂਲ ਕੱਟ ਦਿੱਤਾ ਵੀ ਬਲੇਡ ਨੂੰ ਅੱਗੇ ਪਿੱਛੇ ਤੋਰਿਆ ਜਾ ਸਕਦਾ। ਅਤੇ ਇੱਕ ਇਹਨਾਂ ਦੇ ਬਲੇਡ ਦੀ ਲੈਂਥ ਹੈ ਜਿਹੜੀ ਉਹ ਆਮ ਬਲੇਡਾਂ ਨਾਲੋਂ ਲੰਬੀ ਹੈ। ਅਤੇ ਇੱਕ ਇਹਦੇ 'ਚ ਸ਼ੇਪ ਦੇ ਵਿੱਚ ਇੱਕ ਸਪੈਸ਼ਲ ਜਿਹਾ ਕਰੋ ਪਾਇਆ ਹੋਇਆ ਜਿਹੜਾ ਆਪਾਂ ਤੁਹਾਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਹਦੇ ਨਾਲ ਇਹਦੀ ਕੁਤਰਨ ਦੀ ਧਾਰ ਆ ਜਿਹੜੀ ਉਹ ਲੰਮੀ ਰਹਿੰਦੀ ਹੈ। ਅਤੇ ਪੱਠੇ ਕੁਤਰਨ ਦੀ ਜਿਹੜੀ ਇਹਦੀ ਲਾਈਫ ਹੈ ਉਹ ਵੀ ਮੰਨ ਲਓ ਲੌਂਗ ਰਹਿੰਦੀ ਹੈ। ਅਤੇ ਦੂਜੀ ਚੀਜ਼ ਹੈ ਜੀ, ਇਹ ਤੋਂ ਬਾਅਦ ਮੰਨ ਲਓ ਹਥੇਲੀ ਆਪਾਂ ਆਖ ਦਿੰਦੇ ਹਾਂ ਦੰਦਰਾਲ, ਅਤੇ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਇਸ ਤੋਂ ਬਾਅਦ ਆਹ ਵਾਲੀ ਜੀ। ਆਹ ਆਪਣੀ ਇਹਦੀ ਦੰਦਰਾਲ ਹੈ ਅਤੇ ਇਹ ਬਹੁਤ ਮੋਟੀ ਮੰਨ ਲਓ 16 mm ਸ਼ੀਟ ਦੀ ਲੱਗੀ ਹੋਈ ਹੈ। ਅਤੇ ਇਹਦੀਆਂ ਚਾਰੇ ਕੰਨੀਆਂ ਹੀ ਵਰਤੀਆਂ ਜਾ ਸਕਦੀਆਂ ਘੁਮਾ ਘੁਮਾ ਕੇ, ਅਤੇ ਇਹ ਇੱਕੋ ਜਗ੍ਹਾ ਫਿਕਸ ਰਹਿੰਦੀ ਹੈ। ਅਤੇ ਜਿਹੜੀ ਇਹਦੀ ਪਿੱਛੇ ਵਾਲੀ ਪਲੇਟ ਆ ਉਹ ਤੁਹਾਨੂੰ ਮੰਗਵਾ ਕੇ ਦਿਖਾਉਣਾ, ਉਹਦੇ ਵਿੱਚ ਕੈਪਸੂਲ ਕੱਟ ਹੈ। ਅਤੇ ਦੰਦਰਾਲ ਹੈ ਜਿਹੜੀ ਮੰਨ ਲਓ ਜੀ ਬਹੁਤ ਮੋਟੀ ਵਰਤੀ ਹੋਈ ਹੈ ਇਹਨਾਂ ਨੇ, 20 mm ਦੇ ਕਰੀਬ ਵਰਤੀ ਹੈ ਮਿਠਾਈ। ਅਤੇ ਇਹ ਇੱਕੋ ਜਗ੍ਹਾ ਮੰਨ ਲਓ ਫਿਕਸ ਨਹੀਂ ਰਹਿੰਦੀ ਹੈਗੀ, ਇਹ ਤੋਰੀ ਜਾ ਸਕਦੀ ਅੱਗੇ ਪਿੱਛੇ, ਜਿੰਨੇ ਕੁ ਬਲੇਡ ਘੱਸਦੇ ਆ ਉੱਨੀ ਕੁ ਅੱਗੇ ਪਿੱਛੇ ਕਰੀ ਜਾ ਸਕਦੀ ਹੈ। ਅਤੇ ਜਿਹੜੇ ਮੰਨ ਲਓ ਇਹਦੇ ਸਰਾਖ ਹੈ ਦੋਵੇਂ ਸਾਈਡ ਤੋਂ ਟੇਪਰ ਕੱਟ ਦਿੱਤੇ ਆ ਵੀ ਕਿਉਂਕਿ ਇਹਦੇ ਦੋਵੇਂ ਸਾਈਡਾਂ ਵਰਤੀਆਂ ਜਾ ਸਕਣ। ਅਤੇ ਜਿਹੜੇ ਇਹਦੇ ਵਿੱਚ ਨਟ ਪੈਂਦੇ ਉਹ ਟੇਪਰ ਹੁੰਦੇ ਆ। ਆਹ ਇਹਦੀ ਪਿੱਛੇ ਵਾਲੀ ਪੱਤੀ ਹੈ ਜੀ ਜਿਹਦੇ ਵਿੱਚ ਕੈਪਸੂਲ ਕੱਟ ਦਿੱਤਾ ਹੋਇਆ ਜੀ, ਇਹ ਫਿਕਸ ਰਹਿੰਦੀ ਆ ਬਟ ਇਹਦੇ ਅੱਗੇ ਦੰਦਰਾਲ ਤੁਰਦੀ ਹੈ, ਐਂ ਕਰਕੇ ਇਹਦੇ ਨਾਲ ਲੱਗ ਜਾਂਦੀ ਹੈ ਇਹ, ਅਤੇ ਨਟਾਂ ਦੇ ਨਾਲ ਕਸੀ ਜਾਂਦੀ ਹੈ। ਜਿੰਨੀ ਮਰਜ਼ੀ ਅੱਗੇ ਪਿੱਛੇ ਤੋਰ ਸਕਦੇ ਹਾਂ ਆਪਾਂ ਇਹਨੂੰ ਜਿੰਨੇ ਕੁ ਬਲੇਡ ਘੱਸਦੇ ਆ, ਕਿਉਂਕਿ ਜਿੰਨੀ ਨੇੜੇ ਰਹੂਗੀ ਬਲੇਡਾਂ ਦੇ ਉੱਨੀ ਕਤਰਾਈ ਸੋਹਣੀ ਰਹਿੰਦੀ ਹੈ। ਅਤੇ ਇਹ ਵਾਲੀਆਂ ਪਲੇਟਾਂ ਤਾਂ ਉਹਦੇ ਨਾਲੋਂ ਵੀ ਹੈਵੀ ਵਰਤੀ ਹੋਈ ਹੈ ਇਹਨਾਂ ਨੇ, ਅਤੇ ਮਟੀਰੀਅਲ ਬਹੁਤ ਹੈਵੀ ਵਰਤਿਆ। ਅਤੇ ਅੱਗੇ ਤੁਹਾਨੂੰ ਆਪਾਂ ਇਹਦੇ 'ਚ ਪੈਣ ਵਾਲੇ ਬੈਰਿੰਗ ਅਤੇ ਹੋਰ ਸਮਾਨ ਸਾਰਾ ਸ਼ੋਅ ਕਰਦੇ ਹਾਂ। ਇੱਧਰ ਇਹਨਾਂ ਦਾ ਹੀ ਸਮਾਨ ਪਾਰਟਸ ਜਿਹੜਾ ਮੰਨ ਲਓ ਲੇਜ਼ਰ 'ਤੇ ਕੱਟਿਆ ਹੋਇਆ ਪਿਆ ਸਾਰਾ, ਜਿੰਨਾ ਟੋਕੇ ਦੇ ਵਿੱਚ ਵਰਤਿਆ ਜਾਂਦਾ। ਆਹ ਇਹਦੀ ਹੈਗੀ ਹੈ ਜੀ ਕਰੈਸ਼ਿੰਗ ਪਲੇਟ, ਅਤੇ ਇਹਦੇ ਵਿੱਚ ਵਰਤਿਆ ਜਾਣ ਵਾਲਾ ਮਟੀਰੀਅਲ EN8 ਇੰਡਕਸ਼ਨ ਮਤਲਬ ਹਾਰਡ ਮਟੀਰੀਅਲ ਹੈ, ਅਤੇ ਜਿਹਦੀ ਲਾਈਫ ਮੰਨ ਲਓ ਕਾਫੀ ਲੌਂਗ ਹੁੰਦੀ ਹੈ ਅਤੇ ਛੇਤੀ ਘਸਾਈ ਨਹੀਂ ਲੈਂਦਾ। ਅਤੇ ਇਹ ਪਹਿਲੀ ਵਾਰ ਕਰੈਸ਼ਿੰਗ ਪਲੇਟ ਹੈ ਜਿਹੜੀ ਮੰਨ ਲਓ ਅਲੱਗ ਸ਼ੇਪ ਦੀ ਵੇਖੀ ਹੈ ਮੈਂ, ਬੜੀ ਸੋਹਣੀ ਲੱਗੀ ਹੈ। ਇਹ ਇਸ ਜਗ੍ਹਾ 'ਤੇ ਪੈਂਦੀ ਹੈ, ਇਹਨੂੰ ਹਲਕਾ ਜਿਹਾ ਗੋਲ ਕਰਕੇ ਅਤੇ ਉਸ ਸ਼ੀਟ ਦੇ ਵਿੱਚ ਕਸਿਆ ਜਾਂਦਾ ਅੰਦਰ। ਅਤੇ ਇਹਦੇ ਨਾਲ ਹਰੇਕ ਵਿੱਚ ਦਾਣਾ ਲੰਘਣ ਵਾਲੇ ਮੱਕੀ ਦੇ ਦਾਣੇ ਕਰੈਸ਼ ਕੀਤੇ ਜਾਂਦੇ ਆ, ਅਤੇ ਇਹ ਮੰਨ ਲਓ ਟੋਕੇ ਦੇ ਵਿੱਚ ਹੋਣੀ ਬਹੁਤ ਜ਼ਰੂਰੀ ਹੈ। ਅਤੇ ਉੱਪਰ ਦੀ ਵੀ ਆਪਾਂ ਤੁਹਾਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਜੇ ਦਿਖਦੀ ਹੋਈ ਤਾਂ। ਅਤੇ ਜਿਹੜਾ ਮੰਨ ਲਓ ਇਹ ਮਟੀਰੀਅਲ ਉਹ ਪੂਰਾ ਹੈਵੀ ਵਰਤਿਆ, EN8 ਹੈ ਜੀ, ਬਹੁਤ ਹਾਰਡ ਮਟੀਰੀਅਲ ਹੁੰਦਾ ਇਹਦੇ ਵਿੱਚ, ਪਲੇਟ ਉਹ ਦਿਖਦੀ ਨਹੀਂ ਹੈਗੀ ਉੱਪਰੋਂ। ਅਤੇ ਆਹ ਇਹਦਾ ਜੀ ਕਟਿੰਗ ਵਾਲਾ ਬਲੇਡ ਅੱਗੇ ਵਾਲਾ ਜਿਹੜਾ ਮੱਕੀ ਨੂੰ ਕੱਟਦਾ, ਅਤੇ ਇਹਨੂੰ ਵੀ ਬਹੁਤ ਸੋਹਣਾ ਕੱਟ ਦਿੱਤਾ ਹੋਇਆ। ਅਤੇ ਬਹੁਤ ਹੈਵੀ ਮਟੀਰੀਅਲ ਹੈ ਜਿਹੜਾ ਵਰਤ ਰਹੇ ਆ, ਇਹ ਮਤਲਬ ਸਟੀਲ ਦਾ ਜੀ SS ਦਾ ਬਲੇਡ ਹੈ। ਅਤੇ ਹੋਰ ਵੀ ਆਪਾਂ ਤੁਹਾਨੂੰ ਇਹਨਾਂ ਦਾ ਮਟੀਰੀਅਲ ਵਿਖਾਉਣਾ, ਸਾਰਾ ਮਟੀਰੀਅਲ ਹੀ ਬੜਾ ਵਧੀਆ ਵਰਤਿਆ ਟੋਕੇ ਨੂੰ। ਅਤੇ ਮੈਂ ਟੋਕਾ ਦੇਖਣ ਹੀ ਆਇਆ ਸੀਗਾ, ਅਤੇ ਆਪਣੇ ਦੋਸਤਾਂ ਨੇ ਲੈਣਾ ਸੀਗਾ ਟੋਕਾ, ਅਤੇ ਆਪਾਂ ਨੂੰ ਲੱਗਿਆ ਜੀ ਵਧੀਆ, ਆਪਾਂ ਆਖਿਆ ਚਲੋ ਵੀਡੀਓ ਪਾਉਂਦੇ ਹਾਂ, ਅਤੇ ਇਹਦੇ ਨਾਲ ਆਪਣੇ ਹੋਰ ਵੀ ਲੋਕਾਂ ਨੂੰ ਇਹਦੀ ਜਾਗਰੂਕਤਾ ਹੁੰਦੀ ਹੈ, ਪਤਾ ਲੱਗਦਾ ਜੀ ਟੋਕੇ ਦਾ। ਅਤੇ ਇੱਧਰ ਇਹਨਾਂ ਦੇ ਪਾਰਟਸ ਪਏ ਆ ਜੀ, ਪੇਂਟ ਹੋਏ ਪਏ, ਪ੍ਰਾਈਮਰ ਵੱਜਿਆ ਹੋਇਆ, ਪੇਂਟ ਪਾਰਟਸ ਪਏ ਆ। ਅਤੇ ਇੱਧਰ ਇਹਨਾਂ ਦਾ ਮੰਨ ਲਓ ਟੋਕਾ ਇੱਕ ਆ ਮੈਨੂਫੈਕਚਰਿੰਗ ਦੇ ਵਿੱਚ ਪਿਆ। ਅਤੇ ਬੈਲਟ ਵੀ ਮਿਗ ਵਰਤ ਰਹੇ ਆ ਜੀ, ਅਤੇ ਜਿਹਦੀ ਮੰਨ ਲਓ ਸਟਰੈਂਥ ਬਹੁਤ ਜ਼ਿਆਦਾ ਹੁੰਦੀ ਹੈ, ਅਤੇ ਆਮ ਬੈਲਟ ਦੇ ਨਾਲੋਂ ਇਹ ਇਹਦੀ ਮੰਨ ਲਓ ਲਾਈਫ ਵੀ ਵੱਧ ਰਹਿੰਦੀ ਹੈ। ਅਤੇ ਇੱਧਰ ਟੋਕੇ ਦੇ ਵਿੱਚ ਮੰਨ ਲਓ ਜਿੱਥੇ ਵੀ ਬੈਲਟ ਹੈ ਸਾਰਾ ਮਿਗ ਵਰਤਿਆ ਹੋਇਆ। ਅਤੇ ਇੱਧਰ ਇਹ ਨਵੀਂ ਮਸ਼ੀਨ ਤਿਆਰ ਹੋ ਰਹੀ ਸੀਗੀ ਇੱਕ,
ਅਤੇ ਇਹਦੇ ਪਾਰਟਸ ਵਗੈਰਾ ਆਪਾਂ ਸਾਰੇ ਤੁਹਾਨੂੰ ਦਿਖਾਏ ਆ। ਇਧਰੇ ਬੈਰਿੰਗ ਵਰਤਦੇ ਆ ਜਿਹੜੇ ਐਨ ਬੀ ਸੀ ਦਾ ਬੈਰਿੰਗ ਵਰਤ ਰਹੇ ਆ ਟੋਕੇ ਦੇ ਵਿੱਚ, ਅਤੇ ਏ ਆਰ ਬੀ ਵਰਤ ਰਹੇ, ਕੋਈ ਹਲਕਾ ਬੈਰਿੰਗ ਨਹੀਂ ਵਰਤ ਰਹੇ, ਦੋਵੇਂ ਬਹੁਤ ਵਧੀਆ ਕੰਪਨੀਆਂ ਨੇ। ਅਤੇ ਹੋਰ ਵੀ ਤੁਹਾਨੂੰ ਆਪਾਂ ਇਹਨਾਂ ਦੇ ਸਮਾਨ ਵਿਖਾਉਣੇ ਆ। ਆਹ ਸ਼ਾਫਟ ਹੈ ਜੀ ਜਿਹੜੀ, ਇਹ ਟੋਕੇ ਦੀ ਮੂਹਰਲੀ ਸ਼ਾਫਟ ਹੈ, ਇਹ ENE8 ਦੀ ਹੈ ਜੀ। ਪੂਰਾ ਮੰਨ ਲਓ ਜਿਹੜਾ ਇੰਡਕਸ਼ਨ ਆ ਹਾਰਡ ਮਟੀਰੀਅਲ ਆਉਂਦਾ, ਆਪਾਂ ਤੁਹਾਨੂੰ ਇਹਦਾ ਰੇਤੀ ਟੈਸਟ ਕਰਕੇ ਦਿਖਾਉਂਦੇ ਹਾਂ ਵੀ ਰੇਤੀ ਨਾਲ ਇਹਨੂੰ ਝਰੜਿਆ ਅਤੇ ਇਹਨੂੰ ਕੋਈ ਮੰਨ ਲਓ ਸਕਰੈਚ ਤੱਕ ਨਹੀਂ ਆਇਆ ਹੈਗਾ। ਅਤੇ ਪੂਰਾ ਵਧੀਆ ਮਟੀਰੀਅਲ ਹੈ ਵੀ, ਇਕੱਲੀਆਂ ਮੰਨ ਲਓ ਇਹ ਨਹੀਂ ਹੈਗਾ ਵੀ ਕੱਚੇ ਮਟੀਰੀਅਲ ਦੀਆਂ ਸ਼ਾਫਟਾਂ ਹੋਣ ਅਤੇ ਐਨ8 ਦੇ ਮਾਰ ਕੇ ਲਾਤੇ ਹੋਣ। ਅਤੇ ਆਹ ਵਿੱਚ ਇਹਦੇ ਗੇਅਰ ਅਤੇ ਗਰਾਰੀਆਂ ਵਰਤੀਆਂ ਹੋਈਆਂ ਨੇ ਜੀ, ਅਤੇ ਇਹ ਵੀ ਪੂਰੀਆਂ ਵਧੀਆ ਮਟੀਰੀਅਲ ਦੀਆਂ ਨੇ, ਕੋਈ ਹਲਕਾ ਮਟੀਰੀਅਲ ਜਾਂ MS ਨਹੀਂ ਹੈਗਾ, ਕੱਚਾ ਮਟੀਰੀਅਲ ਨਹੀਂ ਹੈਗਾ, ਅਤੇ ਪੂਰਾ ਹਾਰਡ ਮਟੀਰੀਅਲ ਹੈ। ਅਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਇੱਕ ਗੇਅਰ ਦਿਖਾਉਂਦੇ ਹਾਂ ਜੀ, ਆ ਇੱਧਰ ਗੇਅਰ ਬਣ ਰਹੇ ਆ। ਇੱਕ ਇਹਦੇ ਇਹਨਾਂ ਨੇ ਟੀਤ ਦੇ ਵਿੱਚ ਵੀ ਇੱਕ ਸਪੈਸ਼ਲ ਕੱਟ ਦਿੱਤਾ ਵੀ ਜਿਹਦੇ ਨਾਲ ਮੱਕੀ ਦਾ ਟਾਂਡਾ ਵਲ ਕੇ ਇੱਥੇ ਗੋਲ ਵਲ ਨਾ ਲਵੇ ਅਤੇ ਮਸ਼ੀਨ ਦੇ ਚੋਕ ਹੋਣ ਦੇ ਚਾਂਸ ਮੰਨ ਲਓ ਨਾ ਰਹਿਣ। ਨਿੱਕੀ ਤੋਂ ਨਿੱਕੀ ਚੀਜ਼ 'ਤੇ ਬਾਈਆਂ ਨੇ ਧਿਆਨ ਦਿੱਤਾ ਟੋਕੇ ਦੀ, ਅਤੇ ਵੀ ਜਿਹੜਾ ਮੰਨ ਲਓ ਕਈ ਬੰਦੇ ਇਸ ਚੀਜ਼ ਬਾਰੇ ਸੋਚਦੇ ਵੀ ਨਹੀਂ ਗੇ, ਅਤੇ ਇਹ ਨਿੱਕੀ ਤੋਂ ਨਿੱਕੀ ਚੀਜ਼ ਦੇ ਬਾਰੇ ਧਿਆਨ ਦਿੱਤਾ ਹੈ। ਆਹ ਜੀ ਉਹ ਸਪੈਸ਼ਲ ਗੇਅਰ ਜਿਹੜਾ ਟੋਕੇ 'ਤੇ ਲੱਗਿਆ ਹੋਇਆ, ਇਹਨੂੰ ਮੰਨ ਲਓ ਵੀ ਜਦੋਂ ਆਪਾਂ ਘੁਮਾਉਂਦੇ ਹਾਂ ਇਹਦੇ ਨਾਲ ਟੋਕਾ ਮੰਨ ਲਓ ਰਿਵਰਸ ਜਾਂ ਫੋਰਵਰਡ ਹੁੰਦਾ, ਇੱਕ ਜਗ੍ਹਾ ਨਿਊਟਰਲ ਹੋ ਜਾਂਦਾ ਵੀ ਮੰਨ ਲਓ ਅਗਲਾ ਨਹੀਂ ਘੁੰਮਦਾ, ਇਕੱਲਾ ਵੀਲ ਹੀ ਘੁੰਮੀ ਜਾਂਦਾ, ਅਤੇ ਰਿਵਰਸ ਅਤੇ ਫੋਰਵਰਡ ਦਾ ਮੰਨ ਲਓ ਇਹਦੇ 'ਚ ਗੇਅਰ ਹੈਗਾ ਗਾ। ਅਤੇ ਆਹ ਦੇਖੋ ਜੀ ਇੱਕ ਬਲੇਡ ਦੇ ਵਿੱਚ ਸ਼ੇਪ, ਉਹ ਜਿਹੜੀ ਘੱਟ ਦੀ ਮੈਂ ਗੱਲ ਕਰਦਾ ਸੀ, ਇੱਕ ਕਰਵ ਦਿੱਤੀ ਹੋਈ ਹੈ ਬਲੇਡ ਨੂੰ ਜਿਹੜੀ ਬੜੀ ਖਾਸ ਚੀਜ਼ ਹੈ। ਅਤੇ ਆਹ ਇਹਦੀਆਂ ਕਰੈਸ਼ਿੰਗ ਵਾਲੀਆਂ ਪੱਤੀਆਂ ਨੇ, ਇਹ ਵੀ ਚਾਰੇ ਪਾਸੇ ਕੰਮ ਕਰਦੀਆਂ ਨੇ ਇਹਦੀਆਂ ਜੀ। ਅਤੇ ਇੱਕ ਸਾਈਡ ਨਹੀਂ ਹੈਗੀ, ਜੇ ਘਾਸ ਜੇ ਦੂਜੀ ਲਾ ਲਓ, ਦੂਜੀ ਘਾਸ ਦੇ ਤੀਜੀ ਲਾ ਲਓ, ਤੀਜੀ ਘਾਸ ਦੇ ਚੌਥੇ, ਚਾਰੇ ਕੰਨੀਆਂ ਹੀ ਮੰਨ ਲਓ ਪਲੇਟ ਦੀਆਂ ਕੰਮ ਕਰਦੀਆਂ ਨੇ। ਅਤੇ ਇੱਥੇ ਤਾਂ ਚੋਕ ਕੱਢਣ ਵਾਲੀ ਪਲੇਟ ਵੀ ਉਹਨਾਂ ਨੇ ਨਾਲ ਦਿੱਤੀ ਹੋਈ ਹੈ, ਜੇ ਮੰਨ ਲਓ ਕਈ ਵਾਰ ਟੋਕਾ ਚੋਕ ਹੁੰਦਾ ਹੈ ਤਾਂ ਇਹਨੂੰ ਖੋਲ੍ਹ ਕੇ ਮੰਨ ਲਓ ਵੀ ਆਪਾਂ ਪਲੇਟ ਨੂੰ ਚੋਕ ਕੱਢ ਸਕਦੇ ਹਾਂ। ਅਤੇ ਟੋਕੇ ਕਈ ਆਰਾਮ ਹੀ ਚੋਕ ਹੋ ਜਾਂਦੇ ਆ, ਬਟ ਜੇ ਜਿਨ੍ਹਾਂ ਦੇ ਆਹ ਪਲੇਟ ਨਹੀਂ ਦਿੱਤੀ ਹੁੰਦੀ ਉਹਦੀ ਚੋਕ ਥੋੜ੍ਹੀ ਜਿਹੀ ਮੁਸ਼ਕਲ ਨਾਲ ਨਿਕਲਦੀ ਆ। ਅਤੇ ਇਹ ਮੰਨ ਲਓ ਆਹ ਪਲੇਟ ਇੱਦਾਂ ਖੋਲ੍ਹ ਕੇ ਅਤੇ ਇਹਦੇ ਵਿੱਚੋਂ ਮੰਨ ਲਓ ਆਪਾਂ ਫਸੇ ਹੋਏ ਪੱਠੇ ਕੱਢ ਸਕਦੇ ਹੁੰਦੇ ਹਾਂ। ਅਤੇ ਇਹ ਵੀ ਵਧੀਆ ਚੀਜ਼ ਹੈ ਜੀ, ਇਹ ਟੋਕਿਆਂ 'ਤੇ ਦੇਣੀ ਚਾਹੀਦੀ ਕਿਉਂਕਿ ਸ਼ਕਤੀਮਾਨ ਦੇ ਟੋਕਿਆਂ 'ਤੇ ਆਉਂਦੀ ਹੁੰਦੀ ਸੀ, ਉਹਦੀ ਚੋਕ ਬੜੀ ਛੇਤੀ ਨਿਕਲ ਜਾਂਦੀ ਸੀਗੀ। ਅਤੇ ਅੱਜ ਕੱਲ੍ਹ ਜਿਹੜੇ ਫੋਰ ਰੋਅਲ ਟੋਕੇ ਬਣ ਰਹੇ, ਕੋਈ ਵੀਰ ਲਾ ਹੀ ਨਹੀਂ ਰਿਹਾ ਉਹਨਾਂ ਨੂੰ, ਉਹਨਾਂ ਦੇ ਵੀ ਇਹਦੀ ਮਜ਼ਬੂਤੀ ਘੱਟ ਜਾਂਦੀ ਹੈ, ਇਸ ਕਰਕੇ ਉਹ ਲਾ ਹੀ ਨਹੀਂ ਰਹੇ। ਅਤੇ ਆਹ ਵੀਲ ਦੀ ਮਜ਼ਬੂਤੀ ਦੇਖ ਸਕਦੇ ਹਾਂ ਜੀ, ਪਿੱਛੇ ਅੱਧ ਤੱਕ ਇਹਦੇ ਪਿੱਛੋਂ ਪਲੇਟ ਲੱਗੀ ਹੋਈ ਆ ਗੋਲ, ਇਹਨੂੰ ਹੈਵੀ ਕਰਨ ਵਾਸਤੇ। ਇਸ ਤੋਂ ਬਾਅਦ ਅਗਲੀ ਸਾਈਡ 'ਤੇ ਇਹਦੇ ਬਲੇਡ ਵਾਲੀਆਂ ਐਂਗਲਾਂ ਲੱਗੀਆਂ ਹੋਈਆਂ ਨੇ ਡਬਲ ਡਬਲ, ਜਿਹਦੇ ਨਾਲ ਮੰਨ ਲਓ ਇਹ ਕਦੇ ਵੀ ਵਲ ਨਹੀਂ ਖਾਊਗਾ, ਘੁੰਮਣ ਵਾਲੀ ਡਿਸਕ ਆ ਜਿਹੜੀ, ਇਹ ਪੱਧਰੀ ਚੱਲੂਗੀ ਅਤੇ ਕਦੇ ਵਲ ਨਹੀਂ ਖਾਂਦੀ ਗੀ। ਅਤੇ ਨਿੱਕੀ ਤੋਂ ਨਿੱਕੀ ਚੀਜ਼ 'ਤੇ ਜੀ ਇਹਨਾਂ ਨੇ ਪੂਰਾ ਧਿਆਨ ਦਿੱਤਾ ਹੋਇਆ। ਅਤੇ ਬਾਕੀ ਉਹ ਆਉਂਦੇ ਵੀ ਜੇ ਕੋਈ ਤੁਹਾਡੀ ਰੈਫਰੈਂਸ ਦੇ ਨਾਲ ਬੰਦਾ ਆਉਂਦਾ ਹੈਗਾ ਤਾਂ ਮੰਨ ਲਓ ਅਸੀਂ ਸਪੈਸ਼ਲ ਛੋਟ ਕਰਾਂਗੇ ਬੰਦੇ ਨੂੰ। ਅਤੇ ਜੇ ਕਿਸੇ ਵੀਰ ਨੇ ਮੰਨ ਲਓ ਫੋਰ ਵਾਲਾ ਟੋਕਾ ਲੈਣਾ ਹੋਵੇ ਅਤੇ ਉਹ ਮੰਨ ਲਓ ਵੀ ਜਾ ਕੇ ਆਪਦਾ ਦੇਖ ਸਕਦਾ, ਅਤੇ ਆਪਣਾ ਦੱਸ ਦਿਓ ਵੀ PB04 ਵਾਲਿਆਂ ਦੇ ਮੰਨ ਲਓ ਚੈਨਲ ਕਰਕੇ ਆਏ ਹਾਂ, ਅਤੇ ਆਪਣਾ ਭਾਈ ਤੁਹਾਨੂੰ ਸਪੈਸ਼ਲ ਛੋਟ ਮਿਲੂਗੀ ਟੋਕੇ ਦੇ ਉੱਪਰ। ਅਤੇ ਟੋਕੇ ਦਾ ਰੇਟ ਵੀ ਬੜਾ ਵਾਜਬ ਜਿਹਾ ਜੀ, ਮੱਕੀ ਕੁਤਰਨ ਵਾਲੀ ਮਸ਼ੀਨ ਦਾ ਕੋਈ ਬਾਹਲਾ ਰੇਟ ਨਹੀਂ ਹੈਗਾ। ਅਤੇ ਇੱਥੇ ਬਲੇਡਾਂ ਦੀ ਮੈਨੂਫੈਕਚਰਿੰਗ ਵੀ ਇਹਨਾਂ ਦੀ ਆਪਦੀ ਹੈ, ਅਤੇ ਇੱਥੇ ਮਸ਼ੀਨ ਦੇ ਉੱਪਰ ਇਹ ਬਲੇਡ ਤਿਆਰ ਹੋ ਰਿਹਾ, ਇਹ ਵੀ ਤੁਹਾਨੂੰ ਦਿਖਾਉਂਦੇ ਆਪਾਂ। ਆਹ ਚੱਲ ਰਹੀ ਹੈ ਮਿਲਿੰਗ ਮਸ਼ੀਨ, ਹੈ ਚੱਲ ਰਹੀ ਹੈ,
ਬਲੇਡ ਨੂੰ ਸ਼ੇਪ ਕਰ ਰਹੀ ਹੈ ਉੱਪਰੋਂ, ਜਿਹੜੀ ਆਪਾਂ ਕਹਿੰਦੇ ਬਲੇਡ ਦੀ ਧਾਰ ਲਾ ਰਹੀ ਹੈ ਜੀ ਇਹ। ਅਤੇ ਇਹ ਵੀ ਦੇਖ ਸਕਦੇ, ਇਹਦਾ ਮਤਲਬ ਇਹ ਹੈ ਵੀ ਮੰਨ ਲਓ ਤੁਹਾਨੂੰ ਕਿਸੇ ਪਾਰਟਸ ਦੀ ਕਿਸੇ ਟਾਈਮ ਦਿੱਕਤ ਨਹੀਂ ਆਉਂਦੀ, ਜਦੋਂ ਤੁਸੀਂ ਔਡਰ ਕਰੋਗੇ ਪਾਰਟਸ ਤੁਹਾਨੂੰ ਉਦੋਂ ਦੀ ਉਦੋਂ ਹੀ ਮਿਲ ਜੂਗਾ ਸਾਰਾ ਪਾਰਟਸ। ਇਹ ਵੀਰੇ ਆਪਦੀ ਫੈਕਟਰੀ 'ਚ ਸਾਰਾ ਤਿਆਰ ਕਰਾ ਰਿਹਾ, ਅਤੇ ਉਦੋਂ ਬਾਅਦ ਟੈਂਪਰ ਕਰਨ ਲਈ ਭੇਜਦੇ ਆ ਬਲੇਡ ਨੂੰ। ਅਤੇ ਬਾਕੀ ਕਿਸੇ ਵੀਰ ਨੇ ਵੀ ਮੰਨ ਲਓ ਇਹ ਮਸ਼ੀਨ ਲੈਣੀ ਆ ਤਾਂ ਆਪਣੀ ਗੱਲ ਕਰਾ ਦਿਓ, ਆਪਾਂ ਤੁਹਾਨੂੰ ਛੋਟ ਕਰਾ ਦਿਆਂਗੇ ਜਿੰਨੀ ਰੇਟ 'ਚ ਹੋ ਸਕਦੀ ਹੋਈ। ਅਤੇ ਵੀਡੀਓ ਚੰਗੀ ਲੱਗੀ ਤਾਂ ਜੀ ਅੱਗੇ ਦੀ ਅੱਗੇ ਸ਼ੇਅਰ ਕਰ ਦਿਆ ਕਰੋ, ਜਿੰਨਾ ਵੀਰਾਂ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਤਾਂ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ, ਕਿਉਂਕਿ ਇਹਦੇ ਵਿੱਚ ਕੁਛ ਵੀ ਨਹੀਂ ਲੱਗਦਾ ਹੈਗਾ, ਥੋੜ੍ਹਾ ਜਿਹਾ ਸਮਾਂ ਹੀ ਹੈ ਜਿਹੜਾ ਤੁਸੀਂ ਰੈੱਡ ਬਟਨ ਦੱਪਣ 'ਤੇ ਲਾਉਣਾ। ਅਤੇ ਇਹਦੇ ਨਾਲ ਤੁਹਾਨੂੰ ਕੀ ਹੈ ਵੀ ਜਦੋਂ ਵੀ ਵੀਡੀਓ ਪਊਗੀ ਉਹ ਤੁਹਾਨੂੰ ਪਹਿਲ ਦੇ ਆਧਾਰ 'ਤੇ ਮਿਲ ਜੂਗੀ, ਆਪਾਂ ਤਾਂ ਹਮੇਸ਼ਾ ਚੰਗੀ ਜਾਣਕਾਰੀ ਨੂੰ ਹੀ ਪਹਿਲ ਦਿੰਦੇ ਹਾਂ। ਅਤੇ ਆਪਾਂ ਇਹਦੇ ਵਿੱਚੋਂ ਕੁਛ ਲੈਣਾ ਦੇਣਾ ਤਾਂ ਹੁੰਦਾ ਨਹੀਂ ਹੈਗਾ, ਜੇ ਕਿਸੇ ਦਾ ਫਾਇਦਾ ਹੁੰਦਾ ਤਾਂ ਉਹ ਕਰਾ ਦੇਈਦਾ ਜੀ। ਅਤੇ ਵੀਡੀਓ ਚੰਗੀ ਲੱਗੀ ਤਾਂ ਅੱਗੇ ਦੀ ਅੱਗੇ ਸ਼ੇਅਰ ਕਰ ਦਿਆ ਕਰੋ।